يا رب الحسين ويا رب الحسين على السلام اشفى صدر الحسين والزهور امام الزمان رحمان رحيم الله عشر محرم بادشاہ حسین دے عشق دی نماز ہے جتھے جتھے کوئی پڑھدا سندا پیا قبول فرما سفر قبول فرما اور ہر کے نوں توفیق دے غم حسین اچ کیونکہ مخلوق دی توبہ ہی ہے جن دے اکھ دا پانی رخسار تک آ ویندا ایں سمجھو توبہ قبول اور بادشاہ حسین فرمایا کربلا میں حجت تمام کر چھوڑی ہے تے اس تو بعد تواڈے واسطے شفاعت دے بوئے بند بس حسین دے دشمن دا تعارف ہے کہ اودے واسطے باب شفاعت بند کوشش کرو جتنی دوستی کر سکدے ہو کیونکہ آپ سرکار تے تواڈے سامنے نہیں ہیں مگر انہاں دا نام ہمیشہ ہے انہاں دی کربلا ہمیشہ ہے یہ ہمیشہ زمین آباد رہن میرے بارویں دے آون تائیں آباد رہے ان شاء اللہ چاہن والے زندہ رہن جڑے حجت منتظر ہیں اللہم صل علی محمد و آل محمد صلوات بلند آواز نال نعرہ تکبیر نعرہ رسالت نعرہ حیدری بلند تر صلوات اعوذ باللہ من الشیطان الرجیم بسم اللہ الرحمن الرحیم الحمد للہ رب العالمین الصلاۃ والسلام علی من کان نبیا و آدم بین الماء و تین نبی تجھے صلوات وعلى أخيه ووزيره ووارث علمه علم الأولين والآخرين يا سب الدين أمير المؤمنين النار يا حيدري میں پیدا گلوں سے خراب کی بو منتظر رانا بھائی جڑا کچھ بولیا پیغام اپڑیا گلوں سے کھینچ کے سرے کی ربائیاں ہی پڑساں وہ مینو آدیاں میرے خیال ہے تانوں ہی آدیاں اردو دی ربائی میں پیدا گلوں سے کھینچ کے اتار نے خراب کی بو اتا ہاتھ نہ کرے سو تو اگلا سور کوڑا لگ سی زاکری دا معیار ہوندا ہے نا ایک گراف ہوندا ہے زاکر لفظ یکا پچھا بولن لگ ویندن جل تساں نے بولیں یعنی تساں او قوت ہو جڑی پڑھاون دا سبب بندی تے میں او گل ہی کدی نہیں ممبر تے کیتی جو بھائی اپنی قوت واسطے قوت نال لے کے ٹر پیا جیڑا حسین بادشاہ دے نام تے نہیں وسیا میں کیڑا با اعتماد ذاکراں کہ مینوں جانا نہ لبن دا داد دے وے مینوں تکلیف ہوندی متا اے عبادت پیا وجائندو وے اتنا خوف رکھ کے ذکر کرے نا
ਪਿਛਲੀ ਰਾਤ ਗਲੀ ਵਿੱਚ ਦੁਕਾਨਦਾਰ ਦੁਕਾਨ ਲੈ ਕੇ ਜਾ ਰਿਹਾ, ਹੱਥ ਚ ਦੁਕਾਨ ਡਿੱਠੀ ਨੇ। ਜਿਹੜੇ ਆਤਰੀ ਇਤਰ ਵੇਚਦੇ ਹਨ ਉਹਨਾਂ ਦੇ ਹੱਥ ਹੀ ਦੁਕਾਨ ਹੁੰਦੀ। ਫਕੀਰ ਪਿਛਲੀ ਰਾਤ ਚੌਕ ਵਿੱਚ ਮਸਤ, ਉਸ ਯਾਲ ਹੀ ਮਦਦ ਨਹੀਂ ਆਖਿਆ, ਫਕੀਰ ਆਖਿਆ ਪਹਿਲਾ ਬੰਦਾ ਨਿਰਨਿਆ, ਯਾਲ ਹੀ ਮਦਦ ਨਹੀਂ ਬੁਲਾਈਂਦਾ, ਮੇਰੀ ਦਿਹਾੜੀ ਤੇ ਵਜਾਈ ਵਹਿੰਦਾ ਹੈ, ਹੋਵੇ ਨਹੀਂ ਤੇ ਇਹਦੀ ਵਜਾ ਨਾ ਛੋੜ। ਉਸ ਵਹਿੰਦੇ ਆ ਨੂੰ ਫਕੀਰ ਬੋਲੀ ਦਿੱਤੀ, ਫਕੀਰਾਂ ਦਾ ਗੁਲਾਮ ਸੇ ਖੇਚ ਕੇ ਅਤਾਰ ਨੇ ਖਰਾਬ ਕੀ ਬੂ। ਉਹ ਕਬੜੀ ਗਿਆ, ਲੈ ਪੈ ਨਿਰੇ ਨੇ ਆ ਪਹਿਲਾ ਬੰਦਾ, ਨਾ ਇਸ ਕੁਝ ਲੈਣਾ ਨਾ ਦੇਣਾ, ਮੈਂ ਵੇਚਣ ਜਾ ਰਿਹਾ, ਮੈਂ ਕੁੱਤੇ ਨੂੰ ਵੇਚਣੀ ਹੈ। ਮੈਂ ਮਿਹਨਤ ਕਰਕੇ ਖੁਸ਼ਬੂ ਇਕੱਠੀ ਕੀਤੀ, ਇਹ ਕਿਹਾ ਖਰਾਬ ਕੀ ਬੋ। ਇਸ ਤੋਂ ਪੁੱਛਾ ਉਹ ਬੰਦਾ ਪਿੱਛਾ ਮੁੜਿਆ, ਜਿਹੜੇ ਫਕੀਰ ਦੇ ਗਿਲ ਬਿਲਕੁਲ ਗ੍ਰਿਫਤ 'ਚ ਆ ਗਿਆ, ਵੀ ਹੁਣ ਆਵਾਜ਼ ਪਹੁੰਚਦੀ ਹੈ ਫਕੀਰ ਨੂੰ, ਅਜਾ ਪੁੱਛਦਾ ਵਧਾਈ ਹੈ। ਫਕੀਰ ਜਵਾਬ ਦਿੱਤਾ, ਮੈਂ ਪੁੱਤਰ ਜਿਵੇਂ ਜਿਵੇਂ ਪਿੱਛਾ ਹਟਦਾ ਪਿਆ ਆਵਾਜ਼ ਦੀ ਪਾਰੂ ਪਿਆ ਹਟਣਾ, ਪ੍ਰੈਸ਼ਰ ਵਾਲਾ ਆਵਾਜ਼ ਨਹੀਂ ਉਮਣਾ ਚਾਹੀਦਾ ਜਿਹੜਾ ਕੰਨ ਪਾੜ ਦੇਵੇ, ਆਵਾਜ਼ 'ਚ ਹੁਸਨ ਉਮਣਾ ਚਾਹੀਦਾ ਹੈ। ਮੈਂ ਜਿਵੇਂ ਜਿਵੇਂ ਹਟਣਾ ਤੂੰ ਵਧਣਾ ਹੈ ਕਿ ਬਣਸੀ। ਫਿਰ ਆਖਣਾ ਚਾਹੁੰਦਾ ਫਕੀਰ ਦੇ ਨੇੜੇ ਲੱਗਾ ਦੁਕਾਨਦਾਰ, ਫਕੀਰਾਂ ਦਾ ਗੁਲਾਮ ਸੇ ਖੇਚ ਕੇ ਤਾਰ ਨੇ ਖਰਾਬ ਕੀ ਬੂ। ਉਹਦਾ ਕਿਵੇਂ ਫਕੀਰਾਂ ਦਾ ਕਹਾਂ ਅਲੀ ਕਾ ਪਸੀਨਾ ਕਹਾਂ ਗੁਲਾਬ ਕੀ ਬੂ। ਮੈਂ ਤੁਹਾਨੂੰ ਪੈਗਾਮ ਦੇਣਾ, ਹਰ ਕੋਈ ਆਪਣੀ ਖੁਸ਼ਬੂ ਵਿੱਚ ਮਸਤ ਹੈ, ਠੀਕ ਹੈ। ਇਹ ਵੀ ਇੱਕ ਖੁਸ਼ਬੂ ਹੈ ਜਿਹੜੀ ਤੁਹਾਨੂੰ ਲੈ ਆਈ ਹੈ, ਕਾਈ ਖੁਸ਼ਬੂ ਉਸ ਨੂੰ ਵੀ ਹੈ ਜਿਹੜੀ ਇਸ ਤੋਂ ਵੱਡਾ ਰਾਂਦਾ ਹੈ, ਉਹਦੀ ਵੀ ਆਪਣੀ ਖੁਸ਼ਬੂ ਹੈ। ਇਹ ਕਾਵੜ ਵਾਲੀ ਕਿਹੜੀ ਗੱਲ, ਇਹ ਵੀ ਖੁਸ਼ਬੂ ਹੈ। ਫਕੀਰ ਦਾ ਗੁਲਾਮ ਸੇ ਖੇਚ ਕੇ ਅਤਾਰ ਨੇ ਖਰਾਬ ਕੀ ਬੂ। ਕਹਾਂ ਅਲੀ ਕਾ ਪਸੀਨਾ ਕਹਾਂ ਗੁਲਾਬ ਕੀ ਬੂ। ਫਕੀਰਾਂ ਦਾ ਇਸੀ ਲਈ ਤੋ ਨਿਕਲਤਾ ਹੈ ਇਤਰ ਮੱਟੀ ਸੇ ਬਸੀ ਹੋਈ ਹੈ ਇਸੀ ਮੈਂ ਅਬੂ ਤੁਰਾ। ਅਲਹਮਦੁਲਿਲਾਹ ਕੋ ਜੀ ਸਲਵਾਤ ਪੜ੍ਹ ਲਓ ਆਲ ਰਸੂਲ ਤੇ। ਮੈਂ ਜਨਾਬ ਨੂੰ ਕੱਲ ਕਸਰਤ ਮਜਲਸ ਵਿੱਚ ਇੱਕ ਤਾਂ ਮੈਂ ਟਾਈਮਿੰਗ ਸੈਟਿੰਗ ਕਰਨੀ ਆਈ, ਦੂਆ ਵੇਖਣ ਆਈ ਕਿੱਥੇ ਕਿੱਥੇ ਕਿਤਨੇ ਕਿਤਨੇ ਜ਼ਾਕਿਰ ਪੇ ਪੜ੍ਹਦੇ ਨੇ, ਦੂਆ ਇਹ ਵੇਖਣ ਆਈ ਬਈ ਇਹ ਕੇ ਪੜ੍ਹਦੇ ਨੇ। ਐਵੇਂ ਮੈਂ ਪਿੱਛੂ ਟੰਗਿਆ ਨਾ ਵਧਾਰਾਂ, ਵੱਧ ਸ਼ੁਕਰ ਹੈ ਬੇਨਿਆਜ਼ ਦੀ ਬਾਰਗਾਹ 'ਚ ਇੱਕ ਸ਼ਗਿਰਦ ਮੇਰਾ ਖਲਾ ਹੈ, ਇੱਕ ਜਾ ਤੇ ਉਹ ਮੈਨੂੰ ਟੰਗੀ ਖਲਾ, ਕਿਉਂ ਜੀ ਉਹਨੂੰ ਉਹ ਰਾਹ ਮਨ ਲੱਗ ਗਏ ਨੇ ਜਿਹੜੇ ਮੈਂ ਪੜ੍ਹਨਾ, ਬਸ ਉਹ ਇੱਕ ਜਾ ਹੈ ਪ੍ਰੋਬਲਮ ਦੀ, ਅਤੇ ਕੱਲ੍ਹ ਦੀ ਸੈਟਿੰਗ ਵੇਖ ਲਈਏ ਕਿੱਥੇ ਕੇ ਪੜ੍ਹੀਂਦਾ ਪਿਆ ਅਤੇ ਮੈਂ ਕੀ ਪੜ੍ਹਨਾ। ਮੈਨੂੰ ਕੋਈ ਟੈਨਸ਼ਨ ਹੀ ਨਹੀਂ, ਕਿਉਂਕਿ ਜਿਵੇਂ ਮੈਂ ਪੜ੍ਹਨਾ ਮੇਰਾ ਤਰਜ਼ ਔਰ ਫਿਕਰ ਦੂਏ ਕੋਲ ਲੱਭਦੀ ਨਹੀਂ, ਕਿਉਂਕਿ ਮੈਂ ਫਿਤਰਤ ਗੁਲੇ ਨਾ
ਜਿਹੜੀ ਫਿਤਰਤ ਇਸਲਾਮ ਦੀ ਤਰਜ਼ ਹੈ। ਇਸਲਾਮ ਕਦੀ ਫਿਤਰਤ ਦੇ ਖਿਲਾਫ ਨਹੀਂ ਹੋਇਆ। ਬੰਦੇ ਹੋਏ ਵਧਨ, ਜ਼ਾਲਿਮ ਨਾਲ ਹੀ ਪਿਆਰ ਤੇ ਮਜ਼ਲੂਮੀ ਨਾਲ ਹੀ, ਇਹ ਫਿਤਰਤ ਦੇ ਖਿਲਾਫ ਹੈ। ਕਾਤਲ ਨੂੰ ਚੰਗਾ ਚ ਜਾਣਨਾ, ਮਕਤੂਲ ਨੂੰ ਹੀ ਚੰਗਾ ਚ ਜਾਣਨਾ, ਪਤਾ ਹੈ ਇਹ ਕਿਹੜੀ ਫਿਤਰਤ ਹੈ? ਸਮਝ ਆਉਂਦੀ ਪਈ? ਤਾਂ ਸਾਨੂੰ ਕਿਸੇ ਨੂੰ ਛੇੜਨ ਦੀ ਜ਼ਰੂਰਤ ਨਹੀਂ, ਅਤੇ ਜਿਹਨੂੰ ਅਸਾਂ ਪਿਆਰ ਕਰਨੇ ਆ ਉਹਨੂੰ ਰਸੂਲ ਕਰਦਾ ਤਾਂ ਕਰਨੇ ਆ। ਗੱਲ ਹੀ ਮੁੱਕ ਗਈ। ਕਿਨ੍ਹਾਂ ਨੂੰ ਕਰੀਬ ਬਣਾਈਦਾ ਹੈ ਉਹਨਾਂ ਨੂੰ ਕਰੀਬ ਤੱਕ ਚੰਗਾ ਜਾਣਨੇ ਆ, ਕਿਨ੍ਹਾਂ ਨੂੰ ਦੂਰ ਕਰੇਂਦਾ ਹੈ ਉਸ ਨੂੰ ਦੂਰ ਕਰਨ ਦੀ ਮੰਜ਼ਿਲ ਰੱਖਣੇ ਆ, ਕਿਨ੍ਹਾਂ ਨੂੰ ਮੋਹਰ ਤੇ ਚੜ੍ਹਾਈਦਾ ਹੈ। ਅਸਾਂ ਦਿਲ ਤੇ ਸਵਾਰ ਕਰਨੇ ਆ। ਸਾਡਾ ਇਸਲਾਮ ਰਸੂਲ ਦੀ ਸਵਾਨੇ ਹਯਾਤ ਨਾਲ ਤਾਲਕ ਰੱਖਦਾ ਹੈ। ਅਸਾਂ ਕਦੀ ਅਲੀ ਨੂੰ ਨਾ ਮਨਾਇਆ ਜੇ ਰਿਸਾਲਤ ਬਚਾਵਣ ਕਾਣ ਰਸੂਲ ਮਨ ਕੋ ਮਨਾਇਆ। ਕੁਰਾਨ ਦਾ ਹਮਾਰਾ ਤੋ ਕਾਮ ਹੈ ਖੁੱਲੀ ਖੁੱਲੀ ਨਿਸ਼ਾਨੀਆਂ ਪੇਸ਼ ਕਰਨਾ। ਅੰਨਾ ਨਾ ਬਣ ਜਿਹੜੀ ਗੱਲ ਉਹ ਕਰੇ ਨਾ ਨੂੰ ਆ ਕੁਰਾਨ ਚ ਨਿਸ਼ਾਨੀ ਦੇ। ਰਿਸਾਲਤ ਨਹੀਂ ਬਚਦੀ ਜੇ ਤੂੰ ਉਹ ਕੰਮ ਨਹੀਂ ਕੀਤਾ। ਕੰਮ ਉਹ ਦੱਸ ਜਿਹੜਾ ਰਿਸਾਲਤ ਦੇ ਮਿਆਰ ਤੇ ਹੋਵੇ। ਜੇ ਤੂੰ ਫਰਮਾਨ ਰਸੂਲ ਮੰਨੇ ਨਾ ਤੇ ਆਪਣੀ ਮਸੀਤ ਤੇ ਜਾਂ ਹਦੀਸ ਤੇ ਲਿਖ ਜਾ ਮਨ ਕੁਨ ਤੂੰ ਮੌਲਾ ਹੋ, ਮੈਨੂੰ ਪਤਾ ਹੀ ਲੱਗੇ ਤੂੰ ਰਸੂਲ ਨੂੰ ਪਿਆਰ ਕਰੇ। ਉਹ ਠੀਕ ਹੈ ਜਿਸ ਮਿਆਰ ਤੇ ਤੂੰ ਕਰੇ ਨਾ, ਇਹੀ ਇੱਕ ਤਰਜ਼ ਹੁੰਦੀ ਹੈ। ਤੈਨੂੰ ਇੱਕ ਤਰਜ਼ ਆਉਂਦੀ ਹੈ। ਅਸਾਂ ਫਿਕਾ ਸਾਡੀ ਜਾਫਰੀਆ ਦੇ ਵਿੱਚ ਜਿਸ ਮਿਆਰ ਦੇ ਵੀ ਉਲਮਾ ਹੋਵਨ ਉਹ ਲਭਦੇ ਆਲ ਮੁਹੰਮਦ ਤੂੰ ਇਨਸ਼ਾ। ਚੂੰਕਿ ਖੁਦ ਆਲਮ ਵੀ ਭਟਕ ਸਕਦਾ ਬੰਦਾ ਨਹੀਂ, ਸਾਡੇ ਰੀਤ ਮਖਲੂ ਕੇ ਖੁਦਾ ਹੈ, ਕਿਸੇ ਲਾਲਚ ਨਹੀਂ ਬਦਲ ਸਕਦਾ। ਉਹ ਆਇਮਾ ਤੋਂ ਕਿਉਂ ਸਨਦ ਲੈਂਦਾ ਹੈ? ਚੁਕਿ ਅਹਿਲ ਬੈਤ ਦੀ ਵੀ ਅੱਲਾ ਇੱਕ ਨਿਸ਼ਾਨੀ ਲਾਈਏ, ਅਨ ਕੁਮਰ ਰਿਜਸਾ। ਅਹਿਲ ਬੈਤ ਕਾ ਤਾਰਫ ਕੁਰਾਨ ਮੇਂ ਉਸ ਸੇ ਰਿਜਸ ਦੂਰ ਹੈ। ਹਰ ਆਲਮਾ ਦਾ ਰਿਜਸ ਦਾ ਤਾਰਫ ਹੈ ਸ਼ੈਤਾਨੀ ਵਸਵਸਾ, ਮਖਸੂਸ ਨਿਜਾਸਾਤ। ਇਸ ਕਿਸਮ ਦੀ ਚੀਜ਼ਾਂ ਨੂੰ ਮੈਂ ਮੈਂਬਰ ਨਹੀਂ ਦੱਸ ਸਕਦਾ, ਇਹ ਰਿਜਸ ਹਨ। ਤਾਂ ਪਤਾ ਚੱਲਾ ਜਿਸ ਤੂੰ ਇਬਲੀਸ ਦੂਰ ਰਹਿੰਦਾ ਹੈ, ਵਸਵਸਾ ਨਹੀਂ ਆਵਣ ਦਿੰਦਾ ਉਹਨੂੰ ਅਹਿਲੇ ਬੈਤ ਆਦਨ। ਜਿੱਦਾਂ ਨਿਸ਼ਾਨੀ ਲੱਗ ਗਈ ਹੈ ਕਾਫੀ ਹੈ। ਤੂੰ ਨਿਸ਼ਾਨੀਆਂ ਬੋਲ ਅਹਿਲੇ ਬੈਤ ਕੇ ਨੂੰ ਆਦਨ, ਤਾਂ ਕਿ ਤੂੰ ਹਿਦਾਇਤ ਤੇ ਰਹਿ ਵਜੇ। ਜਾਂ ਬਤ ਉਸ ਨੂੰ ਕੰਮ ਅਜ਼ ਕੰਮ ਮੰਨ ਜਿਹੜਾ ਹਰ ਸ਼ਾਇਦ ਦੇ ਤੇ ਉਹਦੀ ਉਜਰਤ ਨਾ ਲਵੇ। ਮੈਂ ਚੁੱਕੇ ਹੁਣ ਤਕਸੀਮ ਆਉਂਦੇ ਪੈਂਦੇ ਹਾਂ ਅਸਾਂ ਆਪ ਹੀ, ਸ਼ੁਕਰ ਇਹ ਵੀ ਬਾਰਵੇਂ ਦੇ ਆਵਣ ਦੀ ਆਸਾਰ ਹਨ ਜੋ ਅਸਾਂ ਇੱਕ ਦੂਏ ਨੂੰ ਚੰਗੇ ਨਾ ਲੱਗ ਸਾਂ। ਕਿਦਾਂ ਹੀ ਜਲਦੀ ਜਲਦੀ ਨਿਸ਼ਾਨੀਆਂ ਪੂਰੀਆਂ ਹੋਵਨ, ਇਹ ਅਸਾਂ ਕਿਸ ਸ਼ਾਇ ਜੇ ਮਾਰੀ ਵਜਾ ਤਾਂ ਕੀ ਹੋ ਤੁਸੀਂ? ਇਮਾਮ ਜ਼ਮਾਨੇ ਦੇ ਆਵਣ ਦੀ ਦੁਆ ਨਹੀਂ ਮੰਗੀ ਤਾਂ ਕਿਉਂ ਵਧੇ? ਮੁੰਡਾ ਤਾਂ ਮੇਰੀ ਦੁਆ ਕਬੂਲ ਨਹੀਂ ਹੋਣੀ। ਬਾਹਰ ਮੈਨੂੰ ਸਾਢ ਆਮਦ ਦੀ ਦੁਆ ਮੰਗ, ਵੱਧ ਭਾਵੇਂ ਮਰ ਹੀ ਵੰਗ,
تو سمجھنا ہے بے شیعہ انہیں انہیں ڈرامے ودے کریں دن امام زمانہ دے آمن دی خوشی دا میار ہے قبرہ لے مردے ایک بیدیاں قبرہ چوبو ہے بنا کے اکسن جاگو بس کرو زمانہ مگ گیا آخری آگے مبارک ہوں شان اج میں تو نے ایک او گل کرے نا جیڑا داد نہ دے وے او پکڑی ونجے مینو عاشق وکھایو جے ڈٹھا نہ ہوے اس شاہ نو تے عاشق ہوے دنیا تے سب تو وڈا حسن مشہور ہویا حضرت یوسف دا قصہ حضرت زلیخا دا قرآن بیان کیتا بندیاں پا پا سرمے دا پا کے این کرتے قصہ بیان کیتا ایک نبی نو اللہ مصر دے معیار تے وہ حسن دی قربانی دین دے آن اللہ ایک اپنا نمونہ پیش کر کے دسیا جنوں میں سونا بنائی او کیویں ہوندا ہے او یوسف سونا ہے سونا ہو کے محبوب نہیں مصطفیٰ اللہ دا محبوب ہے مصطفیٰ اللہ دا محبوب ہے اور مصطفیٰ دا ایک بارواں محمد ہاتھ بن بو ایک دو دے ہاتھ نپ بو مینوں سواد ہی نہیں پیا ہوندا ایو جی گل تے بندہ جڑا داد نہ دے وے نا میں خوش ہونا جو مینوں بندے دے معیار دا پتہ تے لگے بھئی اینوں تے بدھ ماتی کا ہی نہیں سارے ذاکرم دین توجہ بولو میں نہ ہاتھ نپ بو پتہ تے لگے کتنے ہیٹھا ہو امام زمانہ دی قسم ہے پوری کائنات دا قانون ہے دنیا دی ہر رسم محبت وچ پہلو وکھیندا ہے ویکھن تو بعد روح جسم قبول کردا ہے مڑ اونو سونا ہی اکھیندا ہے اونو پیار ہی کریندا ہے واہ میری بتول سائن تیرا یارواں پوتر ایڈا سونا ہے ڈٹھا ہی کہ نہیں تے راہ پئی وے دیئے دنیا دا جنوں ویکھیا گیا سونا دن جیڑا نہیں ڈٹھا دنیا پیروں دے بھار راہ کھلی وے دیے ویکھن والیاں چ عیسیٰ ابن مریم میں کو قصیدہ پڑھواں اے شو دے نہیں اٹھی سکدے ڈال دے دورے نا کمزور ہیں کل دیا مجلس جن اتنے قصیدے پڑھا ہے نا سن دے پے کل اتنے شوار شکر ڈھائے نہیں پے
ਤਾਂ ਜ਼ਾਕਿਰ ਤੇ ਸੁਣਨ ਵਾਲੇ ਦੋਵੇਂ ਰੁੱਖੇ ਲੱਗਦੇ ਨੇ। ਜ਼ਾਕਿਰ ਚੁੱਪ ਕਰ ਤੇ ਖਲਾ ਤੇ ਮਜਮੇ ਵੇਦਾ ਬੈਠਾ, ਇੱਕ ਬੰਦਾ ਸੁਰ ਖਲਾ ਲੈਂਦਾ। ਪਤਾ ਨਹੀਂ ਜ਼ਾਕਿਰੀ ਦਾ ਮਿਜ਼ਾਜ ਹੁੰਦਾ ਹਰ ਕਿਸੇ ਦਾ, ਬਿਆਨ ਉਹ ਕਰੋ ਹੀ ਨਹੀਂ ਜਿਹੜਾ ਤੁਸੀਂ ਆਪ ਨਹੀਂ ਕਰ ਸਕਦੇ। ਮਗਰ ਉਸ ਦੇ ਬਾਵਜੂਦ ਹਦੀਸ ਰਸੂਲ ਨਾਲ ਕਸੀਦਾ ਸੀਨਾ ਬਸੀਨਾ ਜ਼ਾਕਿਰੀ ਉਸਤਾਦ ਅਹਿਮਦ ਬਖਤੀ ਪੜਦੇ ਆ, ਐਨ ਪਹਾੜ ਓਹਦ ਤੋਂ ਢੇਰ ਸੋਨਾ ਹੋਵੀ, ਅੱਲਾ ਦੀ ਰਾਹ ਚ ਖਰਾਇਤ ਕਰੇ, ਅਰਕਾਨ ਹਜ ਅਦਾ ਕਰੇ, ਦਾ ਬੇ ਜੁਰਮ ਬੇ ਖਤਾ ਬੇਰਹਿਮੀ ਨਾਲ ਕਤਲ ਹੋ ਵਣੇ। ਅਗਰ ਤੇਰੇ ਦਿਲ ਚ ਵਿਲਾਏ ਅਲੀ ਨਹੀਂ ਤਾਂ ਜੰਨਤ ਦੀ ਖੁਸ਼ਬੂ ਹੀ ਨਾ ਮਿਲ ਸੀ। ਫਰਮਾਉਂਦੇ ਆ ਨਰੁਲ ਦੁਨੀਆ ਤੇ ਨਾ ਭੁੱਲ ਦੁਨੀਆ ਤੇ, ਅਲੀ ਦਾ ਸਾਨੀ ਮਿਲਣ ਮੁਸ਼ਕਿਲ। ਖੈਬਰ ਦੇ ਤੈਨੂੰ ਕਿੱਸੇ ਸੁਣਾਵਾ, ਇਹ ਮੁਹਰਮ ਵਿੱਚ ਕੀ ਕਰੂਗਾ ਮੇਰੇ ਨਾਲ। ਮੈਂ ਪਿਆਦਾ ਖੈਬਰ ਦੇ ਤੈਨੂੰ ਕਿੱਸੇ ਸਣ ਦੇ ਹਾਲ ਦੱਸਾਂ, ਇਹ ਮਠੜੇ ਵਾਦੇ ਤਿਖੜੇ ਵਾਲੇ, ਮਠੜੇ ਵਾਦੇ ਤਿਖੜੇ ਵਾਲੇ, ਅੱਖਾਂ ਦੇ ਪੀਂਦੇ ਮੈਂ ਤੇ ਗਲਦੇ, ਅੱਖਾਂ ਦੇ ਪੀਂਦੇ ਮੈਂ ਤੇ ਗਲਦੇ, ਓ ਅਲਮ ਸਤ ਆਪਣੇ ਕੋਲ ਕੋਈ ਜੁਮਲਾ ਨਹੀਂ ਆਖਦਾ। ਪਰ ਮੈਂ ਅਨ ਜ਼ਿੰਦਾ ਦਾ ਹੈ ਜੋੜ ਜਨਾਜ਼ਾ, ਜੀਦ ਨੂੰ ਲੈ ਕੇ ਆ ਗਈ ਆਲੀ ਮਰ ਗਏ, ਜਨਾਜ਼ਾ ਪੜੋ ਜ਼ਿੰਦਾ ਦਾ ਹੈ ਜੋੜ ਜਨਾਜ਼ਾ, ਦਿਲ ਆਪਣੇ ਵਿੱਚ ਕਰ ਅੰਦਾਜ਼ਾ, ਕਜ਼ਾ ਮਹਿਮਾ ਪਿਆਦਾ ਟੁਰਿਆ ਵੇਲੇ ਜਦਾਂ ਥੀ ਵੰਦਨ, ਕੁਝ ਬੰਦੇ ਤਵੱਜੋ ਨਹੀਂ ਕਰਦੇ, ਅੱਲਾ ਨਾ ਕਰੇ
ਦੁਨੀਆਂ ਦਾ ਕੋਈ ਮੁਸਾਫਿਰ ਹੀ ਜਿਹਾ ਨਾ ਹੋਵੇ ਜਿਹਨੂੰ ਪਤਾ ਹੀ ਨਾ ਹੋਵੇ ਵੰਜਣਾ ਕਿੱਥੇ। ਵੱਧ ਕੱਲਾ ਨਾ ਹੋਵੇ ਧੀਆਂ ਭੈਣਾਂ ਨਾਲ ਹੋਵੇ, ਪਿਆ ਤਾਂ ਤੁਰਿਆ ਵੇਲੇ ਜਦਾਂ ਥੀ ਵੈਨ ਪੱਖੀਆਂ ਦੇ ਬੰਦ ਪਰਵਾਜ ਵਧਾਇਆ ਕਰਦਾ ਏ ਰੋ ਰੋ ਕੇ ਹਰ ਘਰ ਦੇ ਬੰਦ ਰੋਵਣ ਵਾਲੇ ਕਾਲ ਦਾ ਹੀ ਕੁਝ ਕਾਫੀ ਹੈ। ਮੈਂ ਪਿਆਦਾ ਤੁਰਿਆ ਯੂ ਵੇਲੇ ਜਦਾਂ ਜੀਵਨ ਪੱਖੀਆਂ ਦੇ ਬੰਦ ਪਰਵਾਜ਼ ਵਧਾਇਆ ਆਪ ਕਰੇ ਦਾ ਰੋ ਰੋ ਕੇ ਹਰ ਘਰ ਦੇ ਬੰਦ ਆਦਾ ਕੀ ਪਤਾ ਹੁਣ ਫਜ਼ਲ ਦੀ ਉਮਰ ਦਰਾਜ ਨਹੀਂ ਟਿਕਾਣ ਦੇਂਦੇ ਮਗਰਬ ਦੀ ਜੁਲ ਪਰਸੋਂ ਬਾਹਰ ਨਮਾ ਵਾਹ 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 ਮੈਂ ਨੌਕਰ ਹਾਂ ਬਾਬਾ ਮੈਂ ਨੌਕਰ ਅੱਠਵੀਂ ਵਾਰ ਮਿਲਣ ਆਇਆ ਹੈ ਸੁਣ ਸੋ ਮੈਂ ਤਿਆਰੀ ਕੱਲ ਸ਼ੁਰੂ ਕਰੇ ਸਾਂ ਥੋੜੇ ਥੋੜੇ ਰੁੱਖ ਪੜੀ ਵੰਜਾਂ ਅੱਠਵੀਂ ਵਾਰ ਮਿਲਣ ਆਇਆ ਆਪਣੇ ਵਿਹੜੇ ਦੀ ਬਤੂਲ ਨੂੰ ਉੱਠੀ ਖੜੀਏ ਵੇ ਬਾਬਾ ਅੱਠ ਵਾਰੀ ਵੀ ਕੋਈ ਟੁਰਨਿਆ ਮਿਲਦਾ ਤੇਰਾ ਪਿਆਰ ਦੱਸਦਾ ਹੈ ਤੇਰੀ ਨਿਭਦੀ ਨਹੀਂ ਵੇ ਬਾਬਾ ਤੇਰੀ ਨਿਭਦੀ ਨਹੀਂ ਮਜਬੂਰੀ ਸਮਝ ਪਈ ਲੱਗਦੀ ਹੈ ਉਹਨੂੰ ਰਾਜ਼ੀ ਵਧਾ ਕਰਨ ਮੈਂ ਨਹੀਂ ਇੰਜ ਪੜਦਾ ਫਲਾਣਾ ਮੇਰਾ ਸੱਜਣ ਮੇਰੀ ਕਬਰ ਤੇ ਨਾ ਆਵੇ ਇਹ ਅਲੀ ਹੁਸੈਨ ਦੀ ਧੀ ਦੇ ਇਲਮ ਦੀ ਮੁਖਾਲਫਤ ਹੈ ਗੱਲ ਚ ਬਾਈ ਪਾ ਕੇ ਆਦੀ ਅੱਠੀ ਵਾਰੀ ਕਿਉਂ ਮਿਲਣ ਆਇਆ ਸੱਤ ਵਾਰੀ ਆਪਣੀ ਮਰਜ਼ੀ ਨਾਲ ਮਿਲਿਆ ਛੇਕੜੀ ਵਾਰ ਤੈਨੂੰ ਇਜਾਜ਼ਤ ਦੇਣਾ ਜਿਵੇਂ ਦਿਲ ਲਈ ਮਿਲ ਬਾਬਾ ਮੈਂ ਜੋ ਮਰਜ਼ੀ ਨਾਲ ਮਿਲਣਾ ਇਹਦੀ ਮਰਜ਼ੀ ਮਤਲਬ ਸੈਯਦ ਜੀ ਦਾ ਸਿਰ ਚਮਕਿਆ ਮੇਰੇ ਕਾਫਲੇ ਚ ਢੇਰ ਧੀਆਂ ਜਿਹੜੀਆਂ ਪਿਓ ਨਾਲ ਪਜਾਵਾਂ ਕਈ ਝੋਲੀ ਚ ਬਾਸੀ ਮੈਂ ਵੇਖਸਾਂ ਕਈ ਗੱਲ ਚ ਬਾਈ ਪਾ ਕੇ ਮਿਲਸੀ ਮੈਂ ਵੇਖਸਾਂ ਜਦਾ ਪਿਓ ਸਿਰ ਚੁੰਸੀ ਮੈਂ ਮਦੀਨੇ ਮੂੰਹ ਕਰਕੇ ਅਕਸਾਂ ਪਿਆਰੀ ਤਾਂ ਮੈਨੂੰ ਹੀ ਦੇ ਵਾਲੀ ਵਾਹ ਵਾਹ ਜਿਹੜੇ ਬੰਦੇ ਨੂੰ ਸਮਝ ਆ ਗਈ ਹੈ ਬਿੱਡੀ ਫੱਟੀਆਂ ਲਈ ਉਹ ਕਿਸਮਤ ਦੀ ਗੱਲ ਹੈ ਵੀ ਦਾ ਸਿਰ ਚੁਮਕਿਆ ਦੇ ਜਿਵੇਂ ਦਿਲ ਵੀ ਮਿਲ ਵਤ ਦੀ ਅਜੀਬ ਤਰੀਕੇ ਨਾਲ ਮਿਲੀ ਏ ਕਹਿਣ ਪਿਓ ਦਾ ਗੱਲ ਚੁੰਮਸ ਪੇਸ਼ਾਨੀ ਚੁੰਮੀ ਇਸ ਲੱਭ ਚੁੰਮਦੀ ਏ ਰੁਖਸਾਰ ਚੁੰਮਦੀ ਏ ਹੱਥ ਚੁੰਮਦੀ ਏ ਆਦੀ ਹੁਣ ਮੇਰੀ ਚਾਦਰ ਤਲੇ ਤੂੰ ਜਿਹੜੇ ਪਿਓ ਲੈ ਤੇ ਧੀ ਪਿਓ ਦੇ ਸੀਨੇ ਤੇ ਮੋਹ ਰੱਖਿਆ ਆਦੀ ਇੱਥੋਂ ਕਿਤਨਾ ਚੁੰਮਾ ਜਿੱਥੋਂ ਕਾਤਲ ਮਦੀਨੇ ਵਾਲੀ ਬਜ਼ੁਰਗ ਜੋ ਮੈਂ ਰੱਖ ਵਰੀ ਅੱਗ ਮੈਂ ਕੋਈ ਥੱਕਦਾ ਤਾਂ ਨਾ ਵੀ ਆ ਮਿੰਬਰ ਦੀ ਕਸਮ ਪਿਓ ਦੇ ਗੱਲ ਜਬਾਈ
ਮੈਂ ਇਸ ਤੋਂ ਵਧਣੀ ਜੁਮਲਾ ਆਖਣਾ ਚਾਹਨਾ ਪਿਓ ਅਨਵਾਦੀਏ ਬਾਬਾ ਮੇਰਾ ਟੁਰਦਿਆਂ ਦਾ ਛੇਕੜੀ ਸਵਾਲ ਹੈ ਜਿਹੜੇ ਮਹਮਲ ਟੁਰਨ ਲੱਗਣ ਮੇਰੀ ਧੀ ਕੇ ਗਰਾਂ ਦੀ ਇੱਕ ਵਾਰੀ ਅੰਦਰ ਆਵੇ ਆਪਣੇ ਹੱਥ ਨਾਲ ਹਵੇਲੀ ਦਾ ਕੁੰਡਾ ਬੰਦ ਕਰਕੇ ਮੈਨੂੰ ਵੇਖੇ ਭਰੇ ਵੇਲੇ ਤੂੰ ਮੈਂ ਕਿਵੇਂ ਵਧੀਆ ਜਿਲੇ ਪਿਓ ਜਿੱਥੇ ਆਏ ਕਹਿ ਲੈ ਅਕਬਰ ਦੇ ਬੂਹੇ ਤੇ ਜਲਦੀ ਆਈ ਕਹਿ ਲੈ ਮਾਂ ਦੇ ਬੂਹੇ ਆਦੀ ਆਈ ਪਿਓ ਮਾਂ ਦੇ ਜੀਦਿਆਂ ਯਤੀਮਾਂ ਪਿਰਾਵਾਂ ਦੇ ਹੋਂਦਿਆਂ ਬੇਵਾਰਸਾਂ ਜੀ 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 ਇੰਤਜ਼ਾਰ ਫਿਲਾ ਕਰੇ ਬਾਬਾ ਕਿਸਮਤ ਦੀ ਗੱਲ ਹੈ ਵੇ ਬਾਬਾ ਜ਼ਮਾਨੇ ਦੀ ਗੱਲ ਹੈ ਆਦਾ ਦਰਿਆ ਦੀ ਆਈ ਬਾਬਾ ਮੈਂ ਚੁੰਮਣਾ ਹੈ ਤੂੰ ਰੋਣਾ ਹੈ ਸੈਯਦ ਆਦਾ ਵੱਲ ਕਹਿੰਦੇ ਸੈਯਾ ਦੀ ਪੂਰੀ ਰਾਤ ਦਾਦੀ ਮੈਨੂੰ ਕੋਈ ਸਮਝ ਦਿੱਤਾ ਮੈਨੂੰ ਆਦੀ ਆਈ ਪਿਆਰ ਕਰ ਲੈ ਤੇਰੀ ਮਰਜ਼ੀ ਦੀ ਗੱਲ ਹੈ ਅਗਲਾ ਇੱਕ ਜੁਮਲਾ ਜ਼ਰੂਰ ਆ ਤਾਂ ਗੱਲ ਵੇਖੋ ਜ਼ਾਕਰੀ ਮੈਂ ਮਸਾਇਬ ਪੜ੍ਹਦਾ ਖਲਾ ਕਬੂਲ ਹੋ ਗਏ ਜ਼ਾਕਰ ਛੁੜੇਂਦੇ ਨਹੀਂ ਕਿਉਂਕਿ ਪਕਾ ਤੇ ਪੜ੍ਹਦੇ ਨੇ ਮੈਂ ਇੱਕ ਲਾਈਨ ਆਖਣਾ ਚਾਹੁੰਦਾ ਥੋੜ੍ਹਾ ਜਿਹਾ ਉਹਨੂੰ ਗਹਿਰਾਈ ਨਾਲ ਸਮਝੇ ਤਾਂ ਸਹੀ ਦੀਆ ਦੀ ਵੇ ਬਾਬਾ ਮੈਂ ਉਹਦੀ ਰਜ਼ਾ ਤੇ ਰਾਜ਼ੀ ਹਾਂ ਤੂੰ ਉਹ ਕਰੇ ਨਾ ਜਿਹੜਾ ਉਹ ਚਾਹੁੰਦਾ ਜਿਹੜੇ ਲਈ ਮਹੀਨਾ ਹੈ ਉਹ ਚਾਹੁੰਦਾ ਹੈ ਜਿਹੜੇ ਛੋੜੀ ਮਹੀਨਾ ਹੈ ਉਹ ਚਾਹੁੰਦਾ ਪਿੰਡੀ ਵਧੀਆ ਲਿਓ ਕਿਵੇਂ ਪੜੀ ਗਈ ਜੇ ਤੈਨੂੰ ਸਮਝ ਆ ਗਈ ਅਜਾ ਵੀ ਸੁਣ ਕੇ ਰੋਣਾ ਕਰ ਆਲੇ ਮੁਹੰਮਦ ਦੀ ਹੁਰਮਤ ਵਗਾਰ ਸੁਣ ਕੇ ਰੋਣਾ ਕਰ ਵੇ ਬਾਬਾ ਜਿਹੜੇ ਲਈ ਮਹਿੰਦਾ ਹੈ ਮੈਂ ਰਾਜ਼ੀ ਹਾਂ ਜਿਹੜੇ ਛੋੜੀ ਮਹਿੰਦਾ ਹੈ ਮੈਂ ਰਾਜ਼ੀ ਹਾਂ ਵੇ ਬਾਬਾ ਆਖਿਰ ਮਦੀਨਾ ਜੋ ਹਰ ਕਾਣ ਅਮਨ ਦੀ ਜਾਏ ਕਦਾਂ ਹੀ ਤਾਂ ਤੇਰੇ ਕਹਾਣੀ ਅਮਨ ਦਾ ਮੁਲਕ ਬਣ ਗਏ ਸਾਲ ਨੂੰ ਦੋ ਸਾਲ ਬਾਅਦ ਕਦਾਂ ਹੀ ਤਾਂ ਵਤਨ ਤੇ ਵਲਸੋ ਗੱਲ ਆਖਾਂ ਚਾ ਚਾਰ ਸੱਜਣਾਂ ਨੂੰ ਨਾ ਮਿਲਸਾਂ ਦੀ ਦੇ ਮੂੰਹ ਦਰਵੇ ਗਿਆ ਦੈਨ ਸੱਜਣ ਦੱਸੀ ਵਾਂਝ ਮੈਂ ਜਗਨਾ ਚ ਯਾਦ ਕਰਕੇ ਰੋਸਾਂ ਬੀਬੀ ਆਦੀ ਜੇ ਰਾਜ ਨੌਵੇਂ ਤਾਂ ਪਹਿਲਾਂ ਤੂੰ ਮੈਂ ਜਿਹਨੂੰ ਮੈਂ ਨਾ ਮਿਲ ਸਕਾਂ ਤੈਨੂੰ ਆਪਣੇ ਮੁਹੰਮਦ ਹੋਣ ਤੇ ਨਾ ਮੈਨੂੰ ਬਤੂਲ ਹੋਣ ਤੇ ਨਾ ਵੇ ਬਾਬਾ ਤੂੰ ਸੱਜਣਾ ਨਾਲ ਪਿਆਵੈਂਦਾ ਮੈਂ ਕੱਲੀ ਰਹਿਣੀ ਵੇ ਬਾਬਾ ਮੇਰੀ ਉਮਰ ਦੇ ਪੁੱਤਰ ਕੱਲੇ ਨਹੀਂ ਛੁੜੀਂਦੇ ਬਾਬਾ ਮੱਚਾ ਤੇ ਅਬਾਸ ਨੂੰ ਨਾ ਮਿਲ ਸਾਂ ਅੱਛਾ ਤ੍ਰਿਆ ਸੱਜਣ ਜ਼ਮੀਨ ਦਰਵੇ ਕਰੋਮਣ ਲੱਗ ਗਈ ਵੇ ਬਾਬਾ ਜੇ ਪੁੱਛਣਾ ਹੈ ਤਾਂ ਤ੍ਰਿਆ ਸੱਜਣ ਮੈਂ ਆਪਣੀ ਮਾਂ ਨੂੰ ਨਾ ਮਿਲ ਸਾਂ ਮਾਂ ਦਾ ਲਫ਼ਜ਼ ਆਖਣਾ ਈ ਹੁਸੈਨ ਰੋ ਕੇ ਆਦਨ ਮਿਲ ਸਾਂ ਕਈ ਨੂੰ ਕਈ ਨੂੰ ਆਦੀ ਸਭ ਤੋਂ ਪਹਿਲੂ ਜਿਹਨੂੰ ਮੈਂ ਮਿਲਣਾ ਉਹਦਾ ਨਾਮ ਅਲੀ ਅਸਗਰ ਹੈ ਉਸ ਨੇ ਟੁੱਟਦਾ ਹੋ ਸੀ ਕਦਾਂ ਹੀ ਤਾਂ ਦੱਸੇ ਸੋ ਤੇਰੀ ਵਤਨ ਤੇ ਭੀੜ ਰਹਿੰਦੀ ਬਾਈ ਵਧਾ ਕੇ ਜਲ ਗੱਲ ਚ ਪੈਸੀ ਮੇਰੇ ਹੀ ਜਰ ਮੁਲਕ ਵੈਸੇ ਮੇਰੀਆਂ ਬਿਮਾਰੀਆਂ ਦੁਆ ਸੱਜਣ ਕਈ ਨੂੰ ਮਿਲ ਸਿਆਦੀ ਹੈ ਭੈਣ ਨੂੰ ਮਿਲ ਸਾਂ ਚੌ ਸਾਲਾਂ ਦੀ ਭੈਣ ਨੂੰ ਜਿਤਨਾ ਸੱਜਣ ਮੈਨੂੰ ਮਿਲਣਾ ਹੈ ਨਾ ਹਰ ਕਈ ਦੀ ਕੰਨ ਪਿੱਛੂ ਲੁਕ ਲੁਕ ਕੇ ਮੈਨੂੰ ਵੇਖਦੀ ਹੈ ਜਿਤਨੇ ਵਾਰੀ ਮਾਂ ਨੂੰ ਮਿਲਣ ਗਈ ਹੈ ਉਤਨੀ ਵਾਰੀ
حسین آدامت جنہاں ملنا چاہتی ہوں ولینی نہیں انہاں نولن آنے اچھ ملنی ہے جڑے ولنن وے بابا کیوں مل سا میں سب تو پہلو کوشش کرے سا اکبر نو نہ مل سید آدامت کائی مجبوری بن ونجی پیو دکا لجبائی پا کے آدھی ہے شرط مل سامت بھر جائی آکھے موتا وکھے سامتے اکبر نو مل اوے بابا بڑ مجبوری آسی میں بھر جائی دا میں نو کرے بابا میں نو کرے انتظار کھلا کرے بچڑا میں پیو کے منت کرے نا آدھی میری اجرت ہے میں سر نو ملا بھین سکینا نو ملا سید آدھا میری اجرت ہے ماں نو ملے ہائے ہائے تینو سمجھ ہی نہیں آدھی پہ میں یہ کیوں پیانا دیدہ سر چن کے آ جائے ماں نو ملے دیا دیا وے بابا کیوں ملا سید آدھا جل سنے کافلا آگے وط ونجے جے ماں سننی ہوئی تن نہ ملنے جے پوچھ کے ملنا پوی وط مل پوے مطا بے اولاد ہوئے مطا زخمی ہوئے مطا جاگی آئی ہوئے مطا موسم رنگ بدل دیتا واہ 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 میں تا بند پڑے میں پیو دا ٹریا بس یہ رمضان کا رمضان